ਅਸੀਂ ਅਟਨਾਲੀ ਤੋਂ ਵਾਪਸ ਆ ਰਹੇ ਸੀ ਭੋਗ ਤੋਂ ਤੇ ਆਪਣੇ ਪਿੰਡ ਜਾ ਰਹੇ ਸੀ ਗੁਰਦੀ ਗੱਜਣਾ ਤੇ ਐਕਟਿਵਾ ਨੂੰ ਬਚਾਉਂਦਿਆਂ ਬਚਾਉਂਦਿਆਂ ਸਾਡੀ ਜਿਹੜੀ ਆਟੋ ਆ ਉਹ 3-4 ਪਲਟੀਆਂ ਖਾ ਗਈ ਆ ਤੇ ਸਾਡੇ ਘਰ ਦੇ ਮਰੀਜ਼ ਆ ਜਿਹੜੇ ਘੱਟੋ ਘੱਟ 8 ਜੀ ਆ ਜਿਹੜੇ ਉਹਨਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਵਾ ਤੇ ਉਹ ਸਰਕਾਰੀ ਹੋਸਪਿਟਲ ਸੁਲਤਾਨਪੁਰ ਦੇ ਵਿੱਚ ਦਾਖਲ ਆ। ਗਲਤੀ ਕਿੰਨਾ ਦੀ ਹੈ ਜੀ? ਗਲਤੀ ਭਾਜੀ ਹੁਣ ਨਾ ਅਸੀਂ ਆਪਣੀ ਕਹਿ ਸਕਦੇ ਨਾ ਉਹਨਾਂ ਦੀ ਕਹਿ ਸਕਦੇ ਹਾਂ, ਮੰਨ ਲਓ ਵੀ ਬਸ। ਇਹ ਐਕਸੀਡੈਂਟ ਹੋਇਆ ਕਿੱਥੇ ਆ? ਹੋਇਆ ਹੈ ਭਾਜੀ ਉਹ ਪੁਲ ਦੇ ਪਰਦੇ ਪਾਸੇ, ਵੀਰ ਸਾਹਿਬ ਆ ਜਿਹੜਾ ਨਵਾਂ ਪੁਲ ਬਣਿਆ ਸੀ ਵੀਰ ਸਾਹਿਬ ਪੁਲ। ਕਿੰਨੇ ਜਣੇ ਜ਼ਖਮੀ ਹੋਏ ਤੁਹਾਡੇ? 8.5 ਜੀ ਘੱਟੋ ਘੱਟ ਜ਼ਖਮੀ ਹੋਏ ਆ। ਉਹਨਾਂ ਦੀ ਐਕਟਿਵਾ ਮੂਹਰੇ ਆ ਗਈ ਆ ਅਤੇ ਅਸੀਂ ਉਹਨਾਂ ਨੂੰ ਬਚਾਉਣ ਲੱਗੇ ਹਾਂ ਅਤੇ ਸਾਡਾ ਜਿਹੜਾ ਵਾ ਬੈਲੈਂਸ ਆ ਡੋਲ ਗਿਆ। ਮੈਂ ਡਾਕਟਰ ਹਰਪ੍ਰੀਤਪਾਲ ਕੌਰ ਐਜ਼ ਅ ਮੈਡੀਕਲ ਆਫਿਸਰ ਸਿਵਲ ਹੋਸਪਿਟਲ ਵਿੱਚ ਐਜ਼ ਅ ਐਮਓ ਤੈਨਾਤ ਹਾਂ। ਸਾਡੇ ਕੋਲ 5 ਵਜੇ 8 ਮਰੀਜ਼ ਆਏ ਹਨ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਗੁਰਦੁਆਰੇ ਦੇ ਪਿਛਲੇ ਬੰਨੇ ਅਤੇ ਪੇਸ਼ੈਂਟ ਐਕਸਰੇ ਲਈ ਭੇਜ ਦਿੱਤੇ ਗਏ ਹਨ। ਉਹਨਾਂ ਦੇ ਮੁਤਾਬਿਕ ਐਕਸਰੇ ਦੇ ਮੁਤਾਬਿਕ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ, ਜੇ ਰੈਫਰ ਕਰਨ ਵਾਲਾ ਹੋਇਆ ਤਾਂ ਅੱਗੇ ਰੈਫਰ ਕੀਤਾ ਜਾਵੇਗਾ। ਕਿੰਨੀਆਂ ਲੜਕੀਆਂ ਕਿੰਨੇ ਜੈਂਟਸ ਵਿੱਚ? 1 ਜੈਂਟਸ ਹੈ, 2 ਲੇਡੀਜ਼ ਹੈ, ਬਾਕੀ ਲੜਕੀਆਂ ਨੇ। ਕਿੱਦਾਂ ਦੀ ਸਥਿਤੀ ਹੋਣਾ ਮਰੀਜ਼ਾਂ ਦੀ? ਇੱਕ ਦੀ ਸੀਰੀਅਸ ਦੱਸੀ ਜਾ ਰਹੀ ਹੈ, ਬਾਕੀ ਭਾਈ ਮੇਰਾ ਨਾਂ ਹੈਗਾ ਵਾ ਜਤਿੰਦਰ ਕੁਮਾਰ ਅਤੇ ਅਸੀਂ ਅਟਨਾਲੀ ਤੋਂ ਵਾਪਸ ਆ ਰਹੇ ਸੀ ਭੋਗ ਤੋਂ ਅਤੇ ਆਪਣੇ ਪਿੰਡ ਜਾ ਰਹੇ ਸੀਗੇ ਗੁਰਦੀ ਗੱਜਣਾ ਅਤੇ ਐਕਟਿਵਾ ਨੂੰ ਬਚਾਉਂਦਿਆਂ ਬਚਾਉਂਦਿਆਂ ਸਾਡੀ ਜਿਹੜੀ ਆਟੋ ਆ ਉਹ 3-4 ਪਲਟੀਆਂ ਖਾ ਗਈ ਆ ਅਤੇ ਸਾਡੇ ਘਰ ਦੇ ਮਰੀਜ਼ ਆ ਜਿਹੜੇ ਘੱਟੋ ਘੱਟ 8 ਜੀ ਆ ਜਿਹੜੇ ਉਹਨਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਵਾ ਅਤੇ ਉਹ ਸਰਕਾਰੀ ਹੋਸਪਿਟਲ ਸੁਲਤਾਨਪੁਰ ਦੇ ਵਿੱਚ ਦਾਖਲ ਆ। ਗਲਤੀ ਕਿੰਨਾ ਦੀ ਹੈ ਜੀ? ਗਲਤੀ ਭਾਜੀ ਹੁਣ ਨਾ ਅਸੀਂ ਆਪਣੀ ਕਹਿ ਸਕਦੇ ਨਾ ਉਹਨਾਂ ਦੀ ਕਹਿ ਸਕਦੇ ਹਾਂ, ਮੰਨ ਲਓ ਵੀ ਬਸ। ਇਹ ਐਕਸੀਡੈਂਟ ਹੋਇਆ ਕਿੱਥੇ ਆ? ਹੋਇਆ ਹੈ ਭਾਜੀ ਉਹ ਪੁਲ ਦੇ ਪਰਦੇ ਪਾਸੇ, ਵੀਰ ਸਾਹਿਬ ਆ ਜਿਹੜਾ ਨਵਾਂ ਪੁਲ ਬਣਿਆ ਸੀ ਵੀਰ ਸਾਹਿਬ ਪੁਲ। ਕਿੰਨੇ ਜਣੇ ਜ਼ਖਮੀ ਹੋਏ ਤੁਹਾਡੇ? 8.5 ਜੀ ਘੱਟੋ ਘੱਟ ਜ਼ਖਮੀ ਹੋਏ ਆ। ਉਹਨਾਂ ਦੀ ਐਕਟਿਵਾ ਮੂਹਰੇ ਆ ਗਈ ਆ ਅਤੇ ਅਸੀਂ ਉਹਨਾਂ ਨੂੰ ਬਚਾਉਣ ਲੱਗੇ ਹਾਂ ਅਤੇ ਸਾਡਾ ਜਿਹੜਾ ਵਾ ਬੈਲੈਂਸ ਆ ਡੋਲ ਗਿਆ। ਮੈਂ ਡਾਕਟਰ ਹਰਪ੍ਰੀਤਪਾਲ ਕੌਰ ਐਜ਼ ਅ ਮੈਡੀਕਲ ਆਫਿਸਰ ਸਿਵਲ ਹੋਸਪਿਟਲ ਵਿੱਚ ਐਜ਼ ਅ ਐਮਓ ਤੈਨਾਤ ਹਾਂ। ਸਾਡੇ ਕੋਲ 5 ਵਜੇ 8 ਮਰੀਜ਼ ਆਏ ਹਨ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਗੁਰਦੁਆਰੇ ਦੇ ਪਿਛਲੇ ਬੰਨੇ ਅਤੇ ਪੇਸ਼ੈਂਟ ਐਕਸਰੇ ਲਈ ਭੇਜ ਦਿੱਤੇ ਗਏ ਹਨ। ਉਹਨਾਂ ਦੇ ਮੁਤਾਬਿਕ ਐਕਸਰੇ ਦੇ ਮੁਤਾਬਿਕ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ, ਜੇ ਰੈਫਰ ਕਰਨ ਵਾਲਾ ਹੋਇਆ ਤਾਂ ਅੱਗੇ ਰੈਫਰ ਕੀਤਾ ਜਾਵੇਗਾ। ਕਿੰਨੀਆਂ ਲੜਕੀਆਂ ਕਿੰਨੇ ਜੈਂਟਸ ਵਿੱਚ? 1 ਜੈਂਟਸ ਹੈ, 2 ਲੇਡੀਜ਼ ਹੈ, ਬਾਕੀ ਲੜਕੀਆਂ ਨੇ। ਕਿੱਦਾਂ ਦੀ ਸਥਿਤੀ ਹੋਣਾ ਮਰੀਜ਼ਾਂ ਦੀ? 1 ਦੀ ਸੀਰੀਅਸ ਦੱਸੀ ਜਾ ਰਹੀ ਹੈ, ਬਾਕੀ